ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੱਲ ਕਰਾਂਗੇ ਸ਼ਹੀਦ ਭਾਈ ਚਰਨਜੀਤ ਸਿੰਘ ਤਲਵੰਡੀ ਉਰਫ ਚੰਨੀ, ਜੋ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਕਾਰਜ ਕਰਦੇ ਰਹੇ ਨੇ। ਅਯੋਕੇ ਸਿੱਖ ਸੰਘਰਸ਼ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਅਤੇ ਅੱਜ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਧਰਮ ਪਤਨੀ ਬੀਬੀ ਹਰਬੰਸ ਕੌਰ ਜੀ। ਬੀਬੀ ਹਰਬੰਸ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੀਬੀ ਹਰਬੰਸ ਕੌਰ ਜੀ, ਚਰਨਜੀਤ ਸਿੰਘ ਚੰਨੀ ਜੀ ਦਾ ਜਿਹੜਾ ਕਿ ਇੱਕ ਨਾਮ ਹੈ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ, ਅਤੇ ਉਹਨਾਂ ਦਾ ਜਿਹੜਾ ਕਿ ਸੰਬੰਧ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨਾਲ ਵੀ ਰਿਹਾ। ਅਤੇ ਜਦੋਂ ਤੋਂ ਤੁਸੀਂ ਚਰਨਜੀਤ ਸਿੰਘ ਚੰਨੀ ਦੇ ਨਾਲ ਮੇਲ ਵਿੱਚ ਆਏ ਹੋ, ਜਦੋਂ ਤੁਹਾਡੇ ਵਿਆਹ ਹੋਇਆ, ਉਸ ਤੋਂ ਕਿਸ ਤਰ੍ਹਾਂ ਦੀ ਲਾਈਫ ਤੁਸੀਂ ਆਪਣੀ ਜਿਹੜੀ ਬਿਤਾਈ ਹੈ, ਅਤੇ ਚਰਨਜੀਤ ਸਿੰਘ ਚੰਨੀ ਜੀ ਦਾ ਜਿਹੜਾ ਸਿੱਖ ਸੰਘਰਸ਼ ਵਿੱਚ ਕਿਸ ਤਰ੍ਹਾਂ ਦਾ ਯੋਗਦਾਨ ਰਿਹਾ? ਸਾਡੀ ਮੈਰਿਜ ਤੋਂ, ਹਾਂ, 81 ਦੇ ਵਿੱਚ ਸਾਡੀ ਮੈਰਿਜ ਹੋਈ ਸੀ, 82 ਦੇ ਵਿੱਚ ਮੇਰਾ ਬੇਟਾ ਹੋਇਆ। ਉਦੋਂ ਹੀ ਅਸੀਂ ਇਹਨਾਂ ਦਾ ਨਾਮ ਰੱਖਣਾ ਸੀਗਾ ਆਲਮਗੀਰ ਸਾਹਿਬ। ਇਹਨਾਂ ਨੇ ਅਰਦਾਸ ਵੀ ਕਰਤੀ ਸੀਗੀ ਵੀ ਤੇਰੇ ਕੋਲ ਜੀਣ ਦਾ ਸਹਾਰਾ ਹੈਗਾ, ਜਿਹੜੀ ਮੇਰੀ ਲਾਈਫ ਹੈ ਇਹ ਪੰਥ ਦੇ ਲੇਖੇ ਆਵੇ। ਇਹ ਅਰਦਾਸ ਘਰੋਂ ਹੀ ਇਹਨਾਂ ਨੇ ਕਰ ਹੀ ਦਿੱਤੀ ਸੀਗੀ ਆਪਣੀ ਪੰਥਕ ਸੇਵਾਵਾਂ ਵਾਸਤੇ। ਉਸ ਤੋਂ ਬਾਅਦ ਇਹ ਫਿਰ ਆਪਣੇ ਡਾਕਟਰ ਭਗਵਾਨ ਸਿੰਘ ਹੋਣਾ ਨਾਲ ਡਾਕਟਰ ਚਲੇ ਗਏ ਸੀ ਸੰਤ ਬਾਬਾ ਜੀ ਜਰਨੈਲ ਸਿੰਘ ਹੋਣਾ ਕੋਲ, ਅਤੇ ਉਹਨਾਂ ਦੇ ਕੋਲ ਜਦੋਂ ਗਏ ਆ ਜਾਣ ਤੋਂ ਪਹਿਲਾਂ ਇਹ 6 ਮਹੀਨੇ ਨਾ ਕੋਈ ਡਰਿੰਕ ਜਾਂ ਕੋਈ ਈਵਨ ਕਿ ਚਾਹ ਤੱਕ ਵੀ ਛੱਡ ਕੇ ਗਏ ਸੀ ਉਹਨਾਂ ਦੇ ਕੋਲ। ਉਹਨਾਂ ਦੇ ਦਰਸ਼ਨ ਕੀਤੇ, ਉਹਨਾਂ ਨੂੰ ਮਿਲੇ, ਉਹਨਾਂ ਦਾ ਹੀ ਹੋ ਕੇ ਰਹਿ ਗਏ। ਉਸ ਤੋਂ ਬਾਅਦ ਉਹਨਾਂ ਨੇ ਆਪਣੀਆਂ ਸੇਵਾਵਾਂ ਦੇਣੀਆਂ, ਜੋ ਉਹਨਾਂ ਨੇ ਆਪਣੇ ਪ੍ਰੋਗਰਾਮ ਦਿੰਦੇ ਸੀ ਉਹ ਕਰਦੇ ਸੀ। ਉਹਨਾਂ ਦੇ ਪ੍ਰੋਗਰਾਮਾਂ ਤੋਂ ਵੀ ਬੜੇ ਖੁਸ਼ ਸੀਗੇ, ਪਿਆਰ ਕਰਨ ਲੱਗ ਗਏ ਸੀਗੇ। ਤਲਵੰਡੀ ਸਾਹਿਬ, ਤਲਵੰਡੀ ਸਾਹਿਬ, ਇਹਨਾਂ ਨੇ ਕਹਿਣਾ ਮੈਨੂੰ ਸਾਹਿਬ ਨਾ ਕਹੋ, ਨਹੀਂ ਸਾਹਿਬ ਤੈਨੂੰ ਬਣਾ ਹੀ ਦੇਣਾ ਹੈਗਾ। ਫਿਰ ਜਦੋਂ ਦੂਜਾ ਬੇਟਾ ਹੋਰ ਤੋਂ ਬਾਅਦ ਵੀ ਕਹਿੰਦੇ ਘਰੋਂ ਇੱਕ ਚਰਨਜੀਤ ਲਿਆ ਪਾਪਾ, 2 ਦੇ ਦੇਣੇ ਆ, ਵੀ ਇਹਨਾਂ ਨੇ ਕਿਹਾ ਸੀ ਸੰਤਾਂ ਦੇ ਬਚਨ ਸੀ ਇਹ। ਅਤੇ ਜਿਹੜਾ ਇਹ ਚਰਨਜੀਤ ਸਿੰਘ ਚੰਨੀ ਜੀ, ਤੁਸੀਂ ਕਹਿੰਦੇ ਹੋ ਕਿ ਉਹ ਉਹਨਾਂ ਦੇ ਸਿੱਖ ਸਟੂਡੈਂਟ ਫੈਡਰੇਸ਼ਨ 'ਚ ਹੁੰਦੇ ਹੋਏ ਜਿਹੜਾ ਕਿ ਸੰਤਾਂ ਦੇ ਨਾਲ ਵੀ ਰਹੇ ਨੇ, ਪਰ ਦੂਜੇ ਪਾਸੇ ਵੀ ਕਿਹਾ ਜਾਂਦਾ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਆ ਸਿਆਸੀ ਪਰਿਵਾਰ ਦੇ ਵਿੱਚ ਵੀ ਸੀਗੇ, ਉਹ ਕਿਸ ਤਰ੍ਹਾਂ ਦਾ ਸੰਬੰਧ ਸੀ, ਕੀ ਕਿਹੜਾ ਪਰਿਵਾਰ ਸੀ ਜਿਹਦੇ ਵਿੱਚ? ਹਾਂਜੀ, ਜਥੇਦਾਰ ਜਗਦੇਵ ਸਿੰਘ ਤਲਵੰਡੀ ਉਹਨਾਂ ਦੇ ਚਾਚਾ ਜੀ ਸੀ, ਮਾਸਟਰ ਦੇਵਰਾਜ ਸਿੰਘ ਤਲਵੰਡੀ ਐਕਸ MLA ਸੀ, ਤਾਂ ਉਦੋਂ ਵੀ ਇਹਨਾਂ ਨੇ ਸਾਰੇ ਕੰਮ ਕਰਦੇ ਸੀ, ਉਦੋਂ ਵੀ ਪੋਲੀਟਿਕਸ ਦੇ ਵਿੱਚ ਸੀ, ਬਾਕੀ ਖੇਤੀ ਵੀ ਨਾਲ ਕਰਦੇ ਸੀ। ਇੱਦਾਂ ਹੀ ਕਰਦੇ ਕਰਦੇ ਇਹਨਾਂ ਨੇ ਫਿਰ ਸੰਤਾਂ ਕੋਲ ਚਲੇ ਗਏ ਸੀਗੇ, ਫਿਰ 84 ਹੋ ਗਿਆ। 84 ਦੇ ਵਿੱਚ ਇਹਨਾਂ ਨੇ ਸਾਰੀ ਲੜਾਈ ਅੰਦਰ ਜੋ ਵੀ ਸੀਗੀ ਸਾਰੀ ਖੁਦ ਲੜੀ ਹੈਗੀ ਆ ਸੰਤਾਂ ਦੇ। ਪਹਿਲਾਂ ਤਾਂ ਉਹਨਾਂ ਦੀ ਟੈਂਕੀ 'ਤੇ ਡਿਊਟੀ ਸੀਗੀ, ਟੈਂਕੀ ਤੋਂ ਤੋੜਤੀ, ਫਿਰ ਇਹ ਸੰਤਾਂ ਕੋਲ ਚਲੇ ਗਏ ਸੀ ਅੰਦਰ, ਅਕਾਲ ਸਾਹਿਬ ਦੇ ਨਜ਼ਦੀਕ ਜਿਹੜਾ ਉਹਨਾਂ ਦਾ ਕਮਰਾ ਲਿਆ ਹੋਇਆ ਸੀਗਾ, ਉੱਥੇ ਰਹੇ ਹੈਗੇ। ਉਸ ਤੋਂ ਬਾਅਦ ਫਿਰ ਇਹ ਡਾਕਟਰ ਭਗਵਾਨ ਸਿੰਘ ਇਹਨਾਂ ਨੇ ਤਿੰਨਾਂ ਦਾ ਜੋ ਸੀਗਾ ਇਹਨਾਂ ਦਾ ਮਹਿੰਦਰ ਪ੍ਰਿੰਸੀਪਲ ਮਹਿੰਦਰ ਸਿੰਘ ਵੀ ਸੀਗੇ, ਅਤੇ ਇਹਨਾਂ ਦਾ ਸਾਰਾ ਅਸਲਾ ਉਸਲਾ ਇਹਨਾਂ ਨੇ ਸਾਰਾ ਹੀ ਖਤਮ ਕੀਤਾ, ਚਲਾਇਆ, ਖੁਦ ਸਾਰੀ ਲੜਾਈ ਲੜੀ ਹੈਗੀ ਆ ਇਹਨਾਂ ਨੇ। ਫਿਰ 86 ਤਰੀਕ ਨੂੰ ਮੋਰਨਿੰਗ ਦੇ ਵਿੱਚ ਥੋੜ੍ਹੀ ਰਿਲੈਕਸ ਹੋਈ, ਤਾਂ ਸੰਤਾਂ ਨੇ ਪਹਿਲਾਂ ਹੀ ਕਹਿਤਾ ਸੀਗਾ ਵੀ ਬਾਹਰ ਵੀ ਆਪਾਂ ਸਾਹਮਣਾ ਵੀ ਜਾ ਕੇ ਬਾਹਰ ਵੀ ਜਾਣਾ ਹੈਗਾ, ਵੀ ਸਾਰੇ ਆਪਾਂ ਇੱਥੇ ਹੋ ਜਾਵਾਂਗੇ ਤਾਂ ਬਾਹਰ ਤਾਂ ਕੋਈ ਦੱਸੇਗਾ ਹੀ ਨਹੀਂ। ਤਾਂ ਫਿਰ ਇਹਨੇ ਤਿੰਨੇ ਜਾਣੇ ਬਾਹਰ ਆ ਗਏ ਸੀਗੇ, ਬਾਹਰ ਆ ਕੇ ਫਿਰ ਇਹਨਾਂ ਨੇ ਫਿਰ ਆਪਣਾ 7-8 ਮਹੀਨੇ ਇਹਨਾਂ ਨੇ ਰੀਔਰਗਨਾਈਜ਼ ਕੀਤੀ ਫੈਡਰੇਸ਼ਨ। ਦਿਨ ਰਾਤ ਇਹਨਾਂ ਨੇ ਵਾਕਈ ਇੱਕ ਕੀਤਾ ਸੀਗਾ, ਇੱਕ ਅੰਡਰਗਰਾਊਂਡ ਲਾਈਫ, ਦੂਸਰਾ ਇਹਨਾਂ ਨੇ ਸਾਈਕਲਾਂ 'ਤੇ ਰਹਿ ਕੇ ਕੋਈ ਕਿੱਥੇ ਹੈਗਾ ਕਿਵੇਂ ਹੈਗਾ ਸਭ ਨੂੰ ਇਕੱਠੇ ਕੀਤਾ, 8-8 ਘੰਟੇ ਸਾਈਕਲ ਚਲਾ ਕੇ। ਅਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਦਰਬਾਰ ਸਾਹਿਬ ਔਫਿਸ ਖੋਲ੍ਹਿਆ ਸੀ, ਚਾਚਾ ਜੀ ਦੀ ਔਫਿਸ 'ਤੇ ਜਿੱਥੇ ਉਹਨਾਂ ਦਾ ਕੋਈ ਔਫਿਸ ਸੀਗਾ ਉੱਥੇ ਇਹਨਾਂ ਨੇ ਖੋਲ੍ਹਿਆ। ਉੱਥੇ ਹੀ ਬਾਬਾ ਜੋਗਿੰਦਰ ਸਿੰਘ ਜੀ ਦਾ ਸੀਗਾ ਔਫਿਸ, ਵੀ ਉੱਥੇ ਹੀ ਸੀ, ਦੋਨੇ ਹੀ ਚੱਲਦੇ ਸੀਗੇ। ਅਤੇ 85 ਦਾ ਜਿਹੜਾ ਸੀਗਾ ਪਹਿਲਾ ਆਪਣਾ ਧਰਮ ਯੁੱਧ ਮੋਰਚਾ, ਆਹ ਵਾਲਾ ਜਿਹੜਾ ਘੱਲੂਘਾਰਾ ਵੀਕ ਵੀ, ਤਾਂ ਇਹਨਾਂ ਨੇ ਪਹਿਲਾਂ ਮੰਜੀ ਸਾਹਿਬ ਪਹਿਲਾਂ ਹੀ ਔਰਗਨਾਈਜ਼ ਇਹਨਾਂ ਨੇ ਕੀਤਾ ਸੀ, ਯਾਨੀ ਕਿ June 84 ਤੋਂ ਬਾਅਦ ਜਦੋਂ ਪਹਿਲਾ ਘੱਲੂਘਾਰਾ ਹੋਇਆ 85 ਦਾ, ਉਹ ਇਹਨਾਂ ਨੇ ਮੰਜੀ ਸਾਹਿਬ 'ਤੇ ਔਰਗਨਾਈਜ਼ ਕੀਤਾ ਸੀ ਅੰਮ੍ਰਿਤਸਰ।
ਫਿਰ ਜਦੋਂ ਇਹਨਾਂ ਨੇ ਸਮਝੌਤਾ ਕੀਤਾ ਆਪਣੇ ਲੌਂਗੋਵਾਲ ਨੇ ਸੈਂਟਰ ਦੇ ਨਾਲ ਜੋ ਉੱਥੋਂ ਕਰਕੇ ਗਏ ਇਹਨਾਂ ਨੇ ਵਿਰੋਧ ਕੀਤਾ ਸਾਰੀ ਫੈਡਰੇਸ਼ਨ ਜਿੰਨੇ ਵੀ ਸੀ ਸਭ ਇਕੱਠੇ ਹੋ ਗਏ ਸੀ ਵਿਰੋਧ ਕੀਤਾ ਕੜਾ ਹੀ ਵਿਰੋਧ ਕੀਤਾ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਅੰਡਰਗਰਾਊਂਡ ਹੋਣਾ ਰਹਿ ਫਿਰ ਪਿਆ ਅਤੇ ਔਫਿਸ ਫਿਰ ਕਿੱਥੇ ਰਹਿਣਾ ਸਾਰੇ ਅੰਡਰਗਰਾਊਂਡ ਹੋ ਗਏ ਇੱਧਰ ਉੱਧਰ ਹੋ ਗਏ ਫਿਰ ਉਸ ਤੋਂ ਬਾਅਦ ਬਾਕੀ ਹੋਰ ਵੀ ਇਹਨਾਂ ਨੇ ਫਿਰ ਆਪਣੇ ਦੂਜੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਜਿਹੜਾ ਕੋਈ ਉਹਨਾਂ ਦਾ ਡਿੱਕਾ ਡੁੱਕਾ ਬਣਦਾ ਸੀਗਾ ਖਾਲਸਾ ਦੇ ਵਿੱਚ ਜਾਂ ਆਪਣੇ ਘਰ ਦੇ ਵਿੱਚ ਜੋ ਵੀ ਸੀਗਾ ਅਤੇ ਉਹਨਾਂ ਦੇ ਨਾਲ ਹੋਰ ਜਥੇਬੰਦੀਆਂ ਦੇ ਨਾਲ ਵੀ ਫਿਰ ਇਹਨਾਂ ਦਾ ਕੰਮ ਸ਼ੁਰੂ ਹੋ ਗਿਆ ਸੀਗਾ ਕੇ ਸੀ ਐੱਫ ਹੋ ਗਈ ਲਿਬਰੇਸ਼ਨ ਹੋ ਗਈ ਬੱਬਰਾਂ ਨੂੰ ਫਿਰ ਉਹਨਾਂ ਨੂੰ ਵੀ ਇਹਨਾਂ ਨੇ ਰੀਔਰਗਨਾਈਜ਼ ਚਾਰ ਜਥੇਬੰਦੀਆਂ ਨੂੰ ਕੀਤਾ ਉਹਨਾਂ 'ਤੇ ਵੀ ਬੜੀ ਮਿਹਨਤ ਕਰਨੀ ਪਈ ਸੀ ਇਕੱਠੇ ਕਰਨ ਵਾਸਤੇ ਵੀ ਅਤੇ ਫਿਰ ਇਹ ਨਾ ਇਹ ਕਰਦੀ ਜੀ ਇੱਦਾਂ ਇਹਨਾਂ ਦਾ ਸੰਘਰਸ਼ ਚੱਲਦਾ ਰਿਹਾ ਇੱਕ ਲੌਂਗੋਵਾਲ ਦਾ ਕੇਸ ਇਹਨਾਂ ਦਾ ਸੀਗਾ ਕਿ ਇਹਨਾਂ ਨੇ ਸਾਜਿਸ਼ ਰਚੀ ਆ ਬੈਂਕ ਦਾ ਸੀਗਾ ਸੀ ਬੀ ਆਈ ਦਾ ਕੇਸ ਸੀਗੇ ਇਹਨਾਂ 'ਤੇ ਪੈ ਗਿਆ ਹੋਇਆ ਬੈਂਕ ਵਾਲਾ ਤਾਂ ਪੁਲਿਸ ਨੇ ਤੰਗ ਕਰਦੀ ਸੀਗੀ ਲੈ ਜਾਂਦੀ ਸੀਗੀ ਅਤੇ ਪੁਲਿਸ ਜਿਹੜੀ ਆ ਕਿ ਤੁਹਾਨੂੰ ਵੀ ਤੰਗ ਕਰਦੀ ਸੀ ਜਾਂ ਸਿਰਫ ਚਰਨਜੀਤ ਚੰਨੀ ਦੇ ਮਗਰ ਹੀ ਜੀ ਨਹੀਂ ਉਹਨਾਂ ਨੂੰ ਤਾਂ ਕਰਨਾ ਹੀ ਕਰਨਾ ਕਿਉਂਕਿ ਉਹ ਤਾਂ ਅੰਡਰਗਰਾਊਂਡ ਲਾਈ ਸੀ ਉਹ ਸਾ ਉਹਨਾਂ ਨੂੰ ਪੁੱਛਦੇ ਸੀ ਉਹਨਾਂ ਨੂੰ ਪੁੱਛਣ ਵਾਸਤੇ ਸਾਨੂੰ ਲੈ ਜਾਂਦੇ ਸੀ ਕਦੇ 2:30 ਵਜੇ ਮੈਨੂੰ ਲੈ ਗਏ ਕਦੇ ਕਦੋਂ ਵੀ ਆ ਗਏ ਉਹਨਾਂ ਨੂੰ ਕੋਈ ਟਾਈਮ ਨਹੀਂ ਸੀ ਹੁੰਦਾ ਜ਼ਰੂਰ ਰਾਤ ਨੂੰ ਤੜਕੇ ਆ ਜਾਂਦੇ ਸੀ ਆ ਕੇ ਲੈ ਜਾਂਦੇ ਸੀ ਕਦੇ ਰਾਏਕੋਟ ਵਾਲੇ 3:00 ਵਜੇ ਤੁਹਾਨੂੰ ਲੈ ਜਾਂਦੇ ਹਾਂ ਲੈ ਜਾਂਦੇ ਸੀ ਕਦੇ ਇਹ ਰਾਏਕੋਟ ਵਾਲੇ ਆ ਗਏ ਕਦੇ ਲੁਧਿਆਣੇ ਵਾਲੇ ਆ ਗਏ ਕਦੇ ਸੀ ਬੀ ਆਈ ਵਾਲੇ ਆ ਗਏ ਇਹ ਚੱਲਦਾ ਸੀ ਬੱਚੇ ਵੀ ਛੋਟੇ ਸੀਗੇ ਸੁੱਤੇ ਪਏ ਹੁੰਦੇ ਸੀ ਜਦੋਂ ਮੈਨੂੰ ਇਕੱਲੀ ਨੂੰ ਲੈ ਜਾਂਦੇ ਸੀ ਪਰ ਸਾਡਾ ਜਿਹੜਾ ESI ਦੇ ਹੋਸਪਿਟਲ ਦਾ ਸਟਾਫ ਸੀ ਬਹੁਤ ਅੱਛਾ ਸੀ ਬਹੁਤ ਸਾਥ ਦਿੱਤਾ ਸੀ ਉਹਨਾਂ ਨੇ ਸਭ ਨੇ ਸਾਥ ਬਹੁਤ ਦਿੱਤਾ ਸਾਰੇ ਧਰਨੇ ਧੁਰਨੇ ਲਗਾਉਣੇ ਨਾਅਰੇ ਲਗਾਉਣ ਲੱਗ ਜਾਂਦੇ ਹੁੰਦੇ ਸੀ ਕਾਫੀ ਕੀਤਾ ਉਹਨਾਂ ਨੇ ਬਾਕੀ ਜੋ ਉਹਨਾਂ ਨੇ ਟੋਰਚਰ ਕਰਨਾ ਹੀ ਹੁੰਦਾ ਪੁਲਿਸ ਨੇ ਅੱਛਾ ਇੱਕ ਮੈਨੂੰ ਇਹ ਦੱਸੋ ਕਿ ਜਿਵੇਂ ਕਿ ਤੁਹਾਨੂੰ ਪੁਲਿਸ ਟੋਰਚਰ ਕਰਦੀ ਸੀ ਉਹਦੇ ਵਿੱਚ ਕਿਹੜਾ ਕੋਈ ਇੱਦਾਂ ਦਾ ਪੁਲਿਸ ਅਫਸਰ ਸੀ ਜਾਂ ਜਿਹੜਾ ਕਿ ਬਹੁਤ ਜ਼ਿਆਦਾ ਟੋਰਚਰ ਕਰਦਾ ਹੁੰਦਾ ਸੀਗਾ ਮੈਨੂੰ ਰਾਏਕੋਟ ਤੋਂ ਸੰਤ ਕੁਮਾਰ ਆਉਂਦਾ ਸੀ ਉਹ ਜਦੋਂ ਵੀ ਮਾਰਦਾ ਸੀ ਮੈਂ ਨਾਲ ਦੇ ਕਮਰੇ 'ਚ ਹੁੰਦੀ ਸੀ ਉਹ ਕਹਿੰਦਾ ਮੈਂ ਇੱਕ ਡੰਡੇ ਦਾ 1,000 ਲੈਣਾ ਅਤੇ ਲੋਕਾਂ ਨੇ ਜ਼ਮੀਨਾਂ ਵੇਚ ਵੇਚ ਕੇ ਆਪਣੇ ਬੱਚਿਆਂ ਨੂੰ ਛਡਾਉਂਦੇ ਹਾਏ ਕੇਸ ਨਾ ਪਾ ਦੇਣ ਕੇਸ ਨਾ ਪਾ ਦੇਣ ਉਹ ਮਾਰਦਾ ਉਹੀ ਮੈਨੂੰ ਲੈ ਕੇ ਜਾਂਦਾ ਹੁੰਦਾ ਸੀ ਜਦੋਂ ਵੀ ਲੈ ਕੇ ਜਾਂਦਾ ਸੀ ਹਾਂ ਮੈਨੂੰ ਵੀ ਕੁੱਟਿਆ ਨਹੀਂ ਪਰ ਉਹ ਹੋਰ ਤਰ੍ਹਾਂ ਦਾ ਉਹਨੇ ਮੈਨੂੰ ਟੋਰਚਰ ਮੈਂਟਲੀ ਕੀਤਾ ਮੇਰੀ ਸਿਸਟਰ ਨੂੰ ਲੈ ਕੇ ਗਿਆ ਮੈਂ ਘਰ ਨਹੀਂ ਸੀ ਤਾਂ ਮੇਰੀ ਸਿਸਟਰ ਅਤੇ ਉਹਨਾਂ ਦੇ ਹਸਬੈਂਡ ਮੇਰਾ ਬੇਟੇ ਛੋਟੇ ਨੂੰ ਉਹਨਾਂ ਦਾ ਬੇਟਾ ਵੀ ਸੇਮ ਹੀ 1.5 ਸਾਲ ਦਾ ਹੀ ਸੀਗਾ ਮੇਰਾ ਵੀ 1.5 ਸਾਲ ਦਾ ਸੀ ਤਾਂ ਇਹਨਾਂ ਨੂੰ ਘਰੋਂ ਚਾਰਾਂ ਨੂੰ ਫੜ ਕੇ ਲੈ ਗਏ ਸੀਗੇ ਬੱਚਿਆਂ ਦੀ ਉਮਰ 1.5-1.5 ਸਾਲ ਸੀ 1.5-1.5 ਸਾਲ ਦੀ ਉਹਦਾ ਵੀ 1.5 ਸਾਲ ਸਾਡਾ ਮੇਰਾ ਵੀ 1.5 ਸਾਲ ਦਾ ਸੀ ਲੈ ਕੇ ਚਲੇ ਗਏ ਇੱਕ ਰਾਤ ਕੱਟੀ ਦੂਜੇ ਦਿਨ ਅਤੇ ਬੱਚਿਆਂ ਨੂੰ ਛੱਡਣ ਆਈ ਆ ਮੈਂ ਤਾਂ ਘਰ ਨਹੀਂ ਸੀ ਅਤੇ ਕਹਿ ਕੇ ਚਲੇ ਗਈ ਵੀ ਇਹ ਮੈਂ ਬੱਚਿਆਂ ਨੂੰ ਛੱਡਣ ਆਈ ਹਾਂ ਹੈ ਨਾ ਬੱਚਿਆਂ ਨੂੰ ਛੱਡ ਕੇ ਚਲੇ ਗਈ ਵੀ ਮਾਰ ਨਾਲ ਹੀ ਪੁਲਿਸ ਉਹਨਾਂ ਨੂੰ ਲੈ ਗਈ ਮੁੜ ਕੇ ਉਹਨੂੰ ਟੋਰਚਰ ਕਰਕੇ ਕਿੱਦਾਂ ਮਾਰਿਆ ਨਹੀਂ ਪਤਾ ਮੁੜ ਕੇ ਸਾਨੂੰ ਲਾਸ਼ ਵੀ ਨਹੀਂ ਉਹਦੀ ਵੀ ਨਹੀਂ ਲਾਸ਼ ਹੋਈ ਉਸ ਟਾਈਮ ਤੁਹਾਡੀ ਸਿਸਟਰ ਦੀ ਉਮਰ ਕਿੰਨੀ ਸੀ 23 ਸਾਲ ਦੀ ਸੀਗੀ ਛੋਟੀ ਉਮਰ 'ਚ ਵਿਆਹ ਹੋ ਗਿਆ ਸੀ ਤੁਸੀਂ ਕਿੰਨੀਆਂ ਭੈਣਾਂ ਸੀ ਅਸੀਂ ਤਿੰਨ ਤਿੰਨ ਭੈਣਾਂ ਸੀ ਤੁਹਾਡੇ ਤੋਂ ਇਲਾਵਾ ਦੋਨੋਂ ਦੂਜੀਆਂ ਭੈਣਾਂ ਨੂੰ ਟੋਰਚਰ ਕਰਦੇ ਜਾਂ ਇੱਕ ਭੈਣ ਨੂੰ ਇੱਕ ਨੂੰ ਟੋਰਚਰ ਕਰਦੇ ਸੀ ਅਤੇ ਉਹਦਾ ਕੋਈ ਅਤਾ ਪਤਾ ਨਹੀਂ ਵੀ ਨਾ ਉਹਨਾਂ ਦੇ ਹਸਬੈਂਡ ਤੁਹਾਡੇ ਜੀਜਾ ਜੀ ਉਹ ਵੀ ਫਿਰ ਉਹ ਤਾਂ ਆ ਗਏ ਸੀ ਘਰ ਮਤਲਬ ਕਿ ਉਹਨੂੰ ਇਕੱਲੇ ਨੂੰ ਕੀਤਾ ਹੈਗਾ ਸੀ ਹਰਾਸ ਕਰਕੇ ਉਹਨਾਂ ਨੂੰ ਟੋਰਚਰ ਕੀਤਾ ਕਿੱਦਾਂ ਮਾਰਿਆ ਕੁਛ ਨਹੀਂ ਪਤਾ ਹੈ ਪੁਲਿਸ ਵਾਲਿਆਂ ਨੇ ਕੀਤਾ ਸੀ ਠੀਕ ਹੈ ਸੰਤ ਕੁਮਾਰ ਨੇ ਸੰਤ ਕੁਮਾਰ ਇਹ ਕੀ ਹੈ ਸੰਤ ਕੁਮਾਰ ਐਸਏ ਸੀ ਜਾਂ ਕੋਈ ਸਿਪਾਹੀ ਹੌਲਦਾਰ ਵਗੈਰਾ ਨਹੀਂ ਹੌਲਦਾਰ ਨਹੀਂ ਸੀ ਥਾਣੇਦਾਰ ਹੀ ਸੀ ਥਾਣੇਦਾਰ ਸੀ ਰਾਏਕੋਟ ਦਾ ਹੋਰ ਵੀ ਇਸ ਤੋਂ ਇਲਾਵਾ ਕੋਈ ਪੁਲਿਸ ਵਾਲਾ ਤੁਹਾਨੂੰ ਤੰਗ ਕਰਦਾ ਸੀ ਜ਼ਿਆਦਾ ਜਾਂ ਸਿਰਫ ਇਹੀ ਜ਼ਿਆਦਾ ਤੰਗ ਕਰਦਾ ਸੀ ਨਹੀਂ ਆ CII ਵਾਲੇ ਸਟਾਫ ਆ ਜਾਂਦਾ ਸੀ ਉਹ ਵੀ ਤੰਗ ਇਹ ਵੀ ਆਉਂਦੇ ਸੀ ਹਾਂ ਬੇਦੀ ਸੀ DSP ਸੀ ਮੇਰਾ ਖਿਆਲ ਉਸ ਟਾਈਮ ਉਹ ਵੀ ਆਉਂਦੇ ਸੀ ਆਪ ਵੀ ਆਉਂਦਾ ਹੁੰਦਾ ਸੀ DSP ਤੜਕੇ ਲੈ ਕੇ ਜਾਂਦਾ ਹੁੰਦਾ ਸੀ ਨਹੀਂ CII ਸਟਾਫ ਲੈ ਜਾ ਕੇ ਫਿਰ ਤੰਗ ਕਰਦੇ ਸੀ ਹਾਂ ਬਿਲਕੁਲ ਬਿਲਕੁਲ ਉਹ ਵੀ ਹਾਂ ਨਹੀਂ ਜਿੱਦਾਂ ਹੀ ਸੁੱਤੇ ਪਿਆ ਨੂੰ ਲੈ ਜਾਣਾ ਅਤੇ ਮੁੜ ਕੇ ਉੱਥੇ ਤੁਸੀਂ ਸਾਨੂੰ ਨਾ ਉਹਨਾਂ ਨੇ ਸੌਣ ਦੇਣਾ ਨਾ ਕੁਛ ਖਾਣ ਦੇਣਾ ਵਾਰ ਰਿਪੀਟ ਗੰਦੀ ਗੰਦੀ ਬਿਲਡਿੰਗ ਮੇਰੇ ਸਾਹਮਣੇ
ਨਾਲ ਉਹਨਾਂ ਨੂੰ ਲੋਕਾਂ ਆਪਣੇ ਸਿੰਘਾਂ ਨੂੰ ਕਰਦੇ ਹੁੰਦੇ ਸੀ ਟੋਰਚਰ। ਉੱਥੇ ਇੱਕ ਪਿੱਪਲ ਪਿੱਪਲ 'ਤੇ ਪੁੱਠੇ ਲਟਕਾ ਦਿੰਦੇ ਸੀ ਉਹਨਾਂ ਨੂੰ, ਜਿਹੜਾ ਸਾਹਮਣੇ ਨਹੀਂ ਸੀ ਤੁਰਿਆ ਜਾਂਦਾ ਉਹਨਾਂ ਨੂੰ ਕੋਲ ਜਦੋਂ ਆਉਂਦੇ ਸੀ, ਉਹ ਸਾਹਮਣੇ ਕਰਦੇ ਸੀ। ਠੀਕ ਹੈ, ਜਿਹੜਾ ਤੁਸੀਂ ਬੜਾ ਜਾਣੀ ਕਿ ਟੋਰਚਰ ਕੀਤਾ ਬੜਾ ਅਜੋਕੇ ਟਾਈਮ ਦੇ ਵਿੱਚ, ਜਾਣੀ ਕਿ ਇਤਿਹਾਸਕ ਗੱਲਾਂ ਨੇ, ਇਤਿਹਾਸਕ ਘਟਨਾਵਾਂ ਨੇ, ਉਹ ਘਟਨਾਵਾਂ ਨੇ ਜਿਹੜੀਆਂ ਕਦੇ ਵੀ ਨਹੀਂ ਭੁੱਲੀਆਂ ਜਾ ਸਕਦੀਆਂ। ਬਿਲਕੁਲ ਨਹੀਂ ਭੁੱਲੀਆਂ ਜਾ ਸਕਦੀਆਂ, ਕਦੇ ਭੁੱਲਣੀਆਂ ਹੀ ਨਹੀਂ ਹੈਗੀਆਂ, ਭੁੱਲਣੀਆਂ ਚਾਹੀਦੀਆਂ ਵੀ ਨਹੀਂ ਹੈਗੀਆਂ। ਕਰਦੇ ਸੀ ਕਿਸ ਤਰ੍ਹਾਂ ਦਾ ਟੋਰਚਰ ਕਰਦੀ ਸੀ ਤੁਹਾਨੂੰ? ਉਹਨਾਂ ਨੇ ਖੜ੍ਹੇ ਰੱਖਣਾ, ਸੌਣ ਨਹੀਂ ਦੇਣਾ, ਅਤੇ ਵਾਰ ਵਾਰ ਉਹਨਾਂ ਨੇ ਪੁੱਛਣਾ ਤਾਂ ਅਸੀਂ ਕਿੱਥੇ ਆ, ਕਦੋਂ ਮਿਲੇ ਆ, ਜ਼ਬਰਦਸਤੀ ਅਗਲੇ ਨੂੰ ਪੁੱਛਦੇ ਆ, ਇੱਦਾਂ ਹੀ ਕਰਦੇ ਰਹਿੰਦੇ ਸੀ ਇਹ ਹਮੇਸ਼ਾ। ਕੋਈ ਬਹੁਤ ਗੰਦੀ ਲੈਂਗੁਏਜ ਵੀ ਕਈ ਵਾਰ, ਇਹ ਬੱਚੇ ਕਿੱਥੋਂ ਹੋ ਗਏ, ਕਿੱਦਾਂ ਹੋ ਗਏ, ਇੱਦਾਂ ਹੀ ਵੀ ਗੰਦੇ ਗੰਦੇ ਕੁਐਸਚਨ ਕਰਦੇ ਸੀ। ਬੱਚੇ ਵੀ ਨਾਲ ਜਾਂਦੇ ਜਾਂ ਬੱਚਿਆਂ ਨੂੰ ਘਰ ਛੱਡ ਜਾਂਦੇ ਸੀ? ਨਹੀਂ, ਬੱਚਿਆਂ ਤਾਂ ਸੁੱਤੇ ਪਏ ਹੁੰਦੇ ਸੀ, ਬੱਚੇ ਤਾਂ ਘਰ ਹੀ ਹੁੰਦੇ। ਜਦੋਂ ਤੁਹਾਨੂੰ ਪੁਲਿਸ ਲੈਣ ਆਉਂਦੀ ਸੀਗੀ, ਕੀ ਉਹ 'ਚ ਮਰਦ ਪੁਲਿਸ ਹੀ ਹੁੰਦੀ ਸੀ, ਜਨਾਨਾ ਪੁਲਿਸ ਵੀ? ਕਈ ਵਾਰ ਪੁਲਿਸ ਇਕੱਲੀ ਹੁੰਦੀ, ਮਤਲਬ ਕਿ ਮੇਲ ਹੁੰਦੇ ਸੀ, ਕਈ ਵਾਰ ਫੀਮੇਲ ਸੀ। ਮੋਸਟਲੀ ਤਾਂ ਦੂਜੀ ਸੀ ਆਰ ਪੀ ਵਗੈਰਾ ਵੀ ਨਾਲ ਹੀ, ਸਾਡੇ ਤਾਂ ਗੱਡੀਆਂ ਹੀ ਬਹੁਤ ਆਉਣੀਆਂ ਹੁੰਦੀਆਂ ਸੀ ਇਹਨਾਂ ਲਗਭਗ ESI ਦੇ ਵੀ, ਜਿੱਧਰ ਦੇਖੋ ਗੰਨਾਂ ਹੀ ਹੁੰਦੀਆਂ ਸੀ। ਇੰਨਾ ਵੱਡਾ ES ਸਾਹਮਣੇ ਵੀ, ਸਾਈਡ ਤੋਂ ਵੀ, ਇੱਧਰੋਂ ਵੀ, ਉੱਧਰੋਂ, ਜਿੱਧਰ ਦੇਖੋ ਗੱਡੀਆਂ ਗੱਡੀਆਂ ਖੜੀਆਂ ਹੁੰਦੀਆਂ ਸੀ CRP ਪੁਲਿਸ ਤੋਂ। ਅਤੇ ਤੁਹਾਨੂੰ ਕਿਹੜੇ ਕਿਹੜੇ ਥਾਣੇ 'ਚ ਜਾਣੀ ਯਾਦ ਰੱਖਦੇ? ਰਾਏਕੋਟ, ਬਾਕੀ CIA ਸਟਾਫ ਲੁਧਿਆਣਾ, ਦੋ ਹੀ ਸੀ ਮੇਨ ਤਾਂ ਇਹਨਾਂ ਦਾ। ਲੁਧਿਆਣੇ ਵਿੱਚ ਇੱਕ ਵਾਰੀ ਲੈ ਕੇ ਗਏ ਸੀ, ਪਤਾ ਨਹੀਂ ਸ਼ਾਇਦ ਨੂੰ ਭੁੱਲ ਗਿਆ ਉਹਦਾ। ਜਾਣੀ ਕਿ ਤੁਸੀਂ ਜਿਹੜਾ ਕਿ ਆਪਣਾ ਇਸ ਸੰਘਰਸ਼ ਦੇ ਵਿੱਚ ਤੁਸੀਂ ਵੀ ਪਿੰਡ 'ਤੇ ਪੂਰਾ ਸੰਤਾਪ ਹੰਢਾਉਂਦੇ ਰਹੇ ਹੋ ਜੀ। ਉਹਨਾਂ ਨੇ ਹੰਢਾਉਣਾ ਸੀ, ਹਰਸ਼ਵਿੰਦਰ ਨੇ ਤਾਂ, ਅਸੀਂ ਪਿੱਛੇ ਕਿੱਦਾਂ ਰਹਿਣਾ ਸੀ, ਸਾਨੂੰ ਤਾਂ ਕਰਨਾ ਹੀ ਪੈਣਾ ਸੀ। ਪਰ ਉਹ ਸ਼ਹੀਦੀ ਉੱਥੇ ਦਰਬਾਰ ਸਾਹਿਬ ਹੀ ਮੰਗਦੇ ਸੀ, ਜਦੋਂ ਵੀ ਡਾਕਟਰ ਭਗਵਾਨ ਸਿੰਘ ਨੂੰ ਮਿਲਦੇ ਵੀ ਆਪਾਂ ਨੂੰ ਉੱਥੇ ਸ਼ਹੀਦੀ ਚਾਹੀਦੀ ਸੀ, ਉੱਥੇ ਹੀ ਕਹਿੰਦੇ ਹੁੰਦੇ, ਉੱਥੇ ਸ਼ਹੀਦੀ ਚਾਹੀਦੀ ਸੀ ਹਮੇਸ਼ਾ ਉਹਨਾਂ ਨੂੰ ਇਹੀ ਕਹਿੰਦੇ। ਡਾਕਟਰ ਭਗਵਾਨ ਸਿੰਘ ਹੋਣੀ ਦੱਸਦੇ ਹੁੰਦੇ, ਕਹਿੰਦੇ ਜਦੋਂ ਵੀ ਮੈਨੂੰ ਇਹ ਮਿਲ ਗਿਆ, ਆਪਾਂ ਨੂੰ ਤਾਂ ਡਾਕਟਰ ਸਾਹਿਬ ਉੱਥੇ ਸ਼ਹੀਦੀ ਚਾਹੀਦੀ ਸੀ, ਬਾਕੀ ਜੋ ਲਿਖਿਆ ਹੋਣਾ ਉਹਨੂੰ ਤਾਂ ਕੋਈ ਰੋਕ ਨਹੀਂ ਸਕਦਾ, ਜਿੱਥੇ ਹੋਣੀ ਉੱਥੇ ਹੀ ਹੋਣੀ ਹੈਗੀ। ਅਤੇ ਉਹ ਸੰਘਰਸ਼ ਦੇ ਦੌਰਾਨ ਕਦੇ ਫਿਰ ਤੁਹਾਨੂੰ ਆ ਕੇ ਮਿਲਦੇ ਵੀ ਸੀਗੇ? ਹਾਂ, ਆਫ ਕਦੇ ਨਾ ਕਦੇ ਜਦੋਂ ਮੌਕਾ ਲੱਗਾ। ਹਾਂ, ਕਦੇ ਕਦੇ। ਤੇ ਜਦੋਂ ਉਹਨਾਂ ਦੀ ਸ਼ਹਾਦਤ ਹੋਈ, ਉਹਨਾਂ ਨੇ ਛੋਟਾ ਬੇਟਾ ਹੀ 8 ਮਹੀਨੇ ਬਾਅਦ ਦੇਖਿਆ ਸੀ। ਅੱਛਾ, ਦੇਖ ਲਓ ਫਿਰ ਕਿੰਨਾ ਕੁ ਮਿਲਦੇ ਹੋਣੇ। ਉਹਨਾਂ ਨੂੰ ਘਰ ਘੁਰ ਦੀ ਨਹੀਂ ਸੀ, ਪਰ ਅੱਜ ਛੱਡ ਕੇ ਗਿਆ ਤਾਂ ਪੂਰੀ ਛੱਡ ਕੇ ਗਏ ਸੀ। ਅਤੇ ਜਿਹੜਾ ਉਹਨਾਂ ਦੀ ਸ਼ਹਾਦਤ ਹੋਈ ਹੈ, ਉਹ ਕਹਿੰਦੇ ਵੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹਾਂਜੀ, ਸਤਪੇ ਤੁਸੀਂ ਕਿੱਥੇ ਸੀਗੇ? ਮੈਂ ਸ਼ਹਾਦਤ ਬਾਰੇ ਕਿੱਦਾਂ ਪਤਾ ਲੱਗਿਆ ਤੁਹਾਨੂੰ? ਮੈਂ ਸਾਡੇ ਕੋਲ ਥੋੜ੍ਹਾ ਜਿਹਾ ਸੀਗਾ, ਮੈਨੂੰ ਲੁਧਿਆਣੇ ਜਾਣਾ ਪੈ ਗਿਆ ਸੀਗਾ, ਤਾਂ ਮੈਂ ਜਦੋਂ ਆਈ ਤਾਂ ਮੈਨੂੰ ਪਤਾ ਲੱਗ ਗਿਆ ਵੀ ਉਹ ਹੈ ਨਹੀਂ, ਕਿਉਂਕਿ ਉਹ ਘਰ ਹੀ ਬੰਦ ਸੀਗਾ। ਅਤੇ ਜਦੋਂ ਮੈਂ ਉੱਥੋਂ ਗਈ ਤਾਂ ਉੱਥੇ ਕਹਿੰਦੇ ਤੁਸੀਂ ਚਲੇ ਜਾਓ, ਜਿੱਥੋਂ ਪਕੜੇ ਗਏ ਸੀਗੇ ਇੱਥੇ ਤਾਂ ਕਹਿੰਦੇ ਪੁਲਿਸ ਆ, ਉਹਨਾਂ ਨੂੰ ਲੈ ਗਈ। ਅਤੇ ਲੋਕ ਚੰਗੀ ਤਰ੍ਹਾਂ ਲੋਕਾਂ ਨੂੰ ਪਤਾ ਵੀ ਨਹੀਂ ਸੀਗਾ ਵੀ ਕੌਣ ਆ ਕੌਣ ਨਹੀਂ, ਬਾਅਦ ਦੇ ਵਿੱਚ ਦੱਸ ਸਤਫੇਸ ਸਕੂਟਰ ਮਾਰਕੀਟ ਦੇ ਕੋਲ। ਹਾਂ, ਜਿੱਥੇ ਅੱਜ ਕੱਲ੍ਹ ਬੂਥ ਬਣੇ ਹੋਏ ਨੇ ਉੱਥੇ ਸੀ, ਪਕੜ ਕੇ ਲੈ ਗਏ। ਬਾਕੀ ਇੱਕ ਹੋਰ ਸਿੰਘ ਸੀਗਾ, ਉਹ ਕਹਿੰਦੇ ਪਤਾ ਲੱਗਿਆ ਭਾਈ ਦਾ? ਮੈਂ ਕਿਹਾ ਨਹੀਂ, ਮੈਨੂੰ ਉਹ ਤੋਂ ਹੀ ਪਤਾ ਲੱਗਿਆ ਸੀਗਾ। ਫਿਰ ਉਸ ਤੋਂ ਬਾਅਦ ਹੀ ਮੈਂ ਆਪਣਾ ਉਹ ਕਿਤੇ ਹੋਰ ਚਲੇ ਗਏ, ਮੈਂ ਕਿਤੇ ਹੋਰ ਚਲੇ ਗਈ। ਅਤੇ ਮੈਂ ਤਾਂ PGI 'ਚ ਹੀ ਕੱਟੀ ਸੀਗੀ ਰਾਤ, ਦਰਖਤਾਂ ਦੇ ਨੀਚੇ। ਪਤਾ ਸੀਗਾ ਵੀ ਇਹਨਾਂ ਨੂੰ ਅੱਜ ਗੋਲੀ ਮਾਰ ਦੇਣੀਆਂ, ਕਿਉਂਕਿ ਸਾਨੂੰ ਪਤਾ ਸੀਗਾ, ਕਿਸੇ ਨੇ ਦੱਸਿਆ ਸੀਗਾ ਵੀ ਜਦੋਂ ਇਹਨਾਂ ਦੀ ਫਾਈਲ 'ਚ ਲਿਖਿਆ ਹੋਇਆ ਹੈਗਾ, ਪਕੜਨ ਤੋਂ ਬਾਅਦ 2 ਘੰਟੇ ਦੇ ਵਿੱਚ ਇਹਨਾਂ ਨੂੰ ਗੋਲੀ ਮਾਰ ਦੇਣੀ ਆ, ਖਤਮ ਕਰ ਦੇਣਾ, ਕਿਉਂਕਿ ਉਹਨਾਂ ਕੋਲ ਉਹਨਾਂ ਨੇ ਕਿਹੜਾ ਕੁਛ ਦੱਸਣਾ ਸੀ, ਕਿਸੇ ਨੂੰ ਕੁਛ ਨਹੀਂ ਦੱਸਿਆ ਹੈਗਾ ਉਹਨਾਂ ਨੇ। ਅਤੇ ਇੱਥੋਂ ਫੜ ਕੇ ਇੱਥੇ ਗੋਲੀ ਮਾਰਦੀ ਜਾਂ ਕਿਤੇ ਹੋਰ? ਨਹੀਂ ਨਹੀਂ, ਉਹ ਨਦੀ 'ਤੇ ਲੈ ਕੇ ਗਏ ਆ, ਇੱਥੇ ਸੀਸਵਾ ਨਦੀ 'ਤੇ। ਸੀਸਵਾ ਨਦੀ ਉੱਥੇ ਉੱਥੇ ਲਾ ਕੇ ਉਹਨਾਂ ਨੇ ਤੜਕੇ 4 ਵਜੇ ਗੋਲੀਆਂ ਮਾਰੀਆਂ ਨੇ। ਉੱਥੇ ਸੰਸਕਾਰ ਵੀ ਉਹਨਾਂ ਨੇ ਕੀਤਾ, ਸਾਨੂੰ ਡੈੱਡ ਬੋਡੀ ਨਹੀਂ ਦਿੱਤੀ ਸੀ ਉਹਨਾਂ ਨੇ। ਅਸੀਂ ਕੇਸ ਕੋਰਟ ਥਰੂ ਅਸੀਂ ਲੈ ਲਈਆਂ ਸੀ ਉਹਨਾਂ ਦੀਆਂ ਫੋਟੋਆਂ ਲੈ ਲਈਆਂ ਸੀ ਉਹਨਾਂ ਦੀਆਂ, ਜੋ ਵੀ ਸ਼ਹੀਦੀ ਦੀਆਂ ਜਿੱਦਾਂ ਗੋਲੀਆਂ ਮਾਰੀਆਂ ਹੋਈਆਂ ਸੀ, ਉਹ ਹੈ ਸੀ ਸਾਡੇ ਕੋਲ ਫੋਟੋ, ਬਾਏ ਕੋਰਟ ਲੈ ਲਈਆਂ ਸੀ। ਪਰ ਕੇਸ ਨਹੀਂ ਉਦੋਂ ਕੀਤਾ ਹੈਗਾ, ਉਹ ਚਲਾਇਆ ਵੀ ਸੀ ਪਾਪਾ ਜੀ ਨੇ,
ਮੇਰੇ ਸਹੁਰਾ ਸਾਹਿਬ ਨੇ, ਪਰ ਉਹ ਕਹਿੰਦੇ ਬੱਚਿਆਂ ਨੂੰ ਵੀ ਮਾਰ ਦੇਣਗੇ, ਮਤਲਬ ਕਿ ਡਰ ਹੀ ਇੰਨੀ, ਦਹਿਸ਼ਤੀ ਇੰਨੀ ਪਾ ਦਿੱਤੀ ਸੀ ਉਹਨਾਂ ਨੇ, ਕੇਸ ਹੀ ਨਹੀਂ ਦੁਬਾਰਾ ਚਾਲੂ ਕੀਤਾ ਹੈਗਾ। ਕਹਿੰਦੇ ਬੱਚਿਆਂ ਨੂੰ ਵੀ ਮਾਰ ਦੇਣਗੇ, ਸਭ ਨੂੰ ਮਾਰ ਦੇਣਗੇ ਪੁਲਿਸ, ਕਿਉਂਕਿ ਉਦੋਂ ਸੀ ਨੋ ਅਪੀਲ ਨੋ ਦਲੀਲ ਨੋ ਵਕੀਲ ਵਾਲਾ ਹਿਸਾਬ ਸੀ, ਕੋਈ ਕਿਸੇ ਦੀ ਸੁਣਵਾਈ ਕਿਤੇ ਹੈ ਹੀ ਨਹੀਂ ਸੀ। ਹੁਣ ਇੱਕ ਲੰਮਾ ਸਮਾਂ ਹੋ ਗਿਆ ਇਸ ਵਾਕਿਆ ਨੂੰ ਵਰਤਿਆ ਹੋਇਆ, ਅਤੇ ਅੱਜ ਵੀ ਤੁਸੀਂ ਜਿਹੜੀ ਕਿ ਇੱਕ ਜ਼ਿੰਦਗੀ ਬੜੀ ਸਾਦੇਪਣ 'ਚ ਔਰ ਬੜੀ ਤਰੀਕੇ ਨਾਲ ਜੀ ਰਹੇ ਹੋ, ਤਾਂ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਕਿ ਸਾਰਾ ਜੀਵਨ ਸਿੱਖ ਕੌਮ ਨੇ ਦੇ ਲਈ ਜੋ ਕੁਰਬਾਨੀਆਂ ਕੀਤੀਆਂ ਨੇ ਤੁਸੀਂ ਲੋਕਾਂ ਨੇ, ਕਿਸ ਤਰ੍ਹਾਂ ਦਾ ਹੁਣ ਲੱਗ ਰਿਹਾ ਜੋ ਕੁਝ ਅੱਜ ਅਜੋਕੇ ਸਮੇਂ 'ਚ ਹੋ ਰਿਹਾ, ਉਹਦੇ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਾਕੀ ਆਪਾਂ ਨੂੰ ਆਪਣੀਆਂ ਹਿਸਟਰੀ ਸਭ ਨੂੰ ਯਾਦ ਰੱਖਣੀ ਚਾਹੀਦੀ ਹੈਗੀ, ਤਾਂਹੀਓ ਸਾਨੂੰ ਪਤਾ ਲੱਗੇਗਾ। ਜਿੱਦਾਂ ਇਹਨਾਂ ਨੇ ਅਕਾਲ ਤਖ਼ਤ ਸਾਹਿਬ ਦਾ ਸਾਰਾ ਲਿੱਪਾ ਪੋਚੀ ਕਰਤੀ, ਦੁਬਾਰਾ ਬਣਾਤਾ, ਇਹ ਸੱਚ ਉੱਦਾਂ ਹੀ ਰੱਖਣਾ ਚਾਹੀਦਾ ਸੀ। ਜਿਹੜਾ ਵੀ ਉੱਥੇ ਜਾਂਦਾ ਪਤਾ ਲੱਗਦਾ ਕਿ ਸਾਡੇ ਨਾਲ ਇੱਦਾਂ ਕੀਤਾ ਹੋਇਆ, ਸਾਡੇ ਦਰਬਾਰ ਸਾਹਿਬ 'ਤੇ ਅਟੈਕ ਕੀਤਾ, ਇਹਨਾਂ ਨੇ ਕਿਉਂ ਹਥਿਆਰ ਚੁੱਕੇ ਸੀ, ਇਸੇ ਕਰਕੇ ਕਿ ਸਾਡੇ ਪਿਓ ਦੇ ਘਰ 'ਤੇ ਅਟੈਕ ਕੀਤਾ, ਇਹਨਾਂ ਵੀ ਥਾਈਓ ਹਥਿਆਰ ਚੁੱਕੇ ਸੀ, ਅਤੇ ਉਹ ਉੱਦਾਂ ਹੀ ਰਹਿਣ ਦੇਣਾ ਚਾਹੀਦਾ ਸੀ। ਸਾਡੇ ਪਤਾ ਨਹੀਂ ਕਿਉਂ ਉੱਤੇ ਲੇਪਾ ਪੋਚੀ ਕਰਤੀ, ਜਿੱਦਾਂ ਗੌਰਮੈਂਟ ਇਹ ਸਾਡੇ ਕੋਲੋਂ ਹੀ ਕਰਵਾ ਦਿੰਦੀ ਆ ਸਾਰਾ ਕੁਛ, ਸਾਨੂੰ ਹੀ ਨਹੀਂ ਸੀ ਕਰਨਾ ਚਾਹੀਦਾ ਹੈਗਾ। ਕਹਿਣ ਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਉਸ ਸਮੇਂ, ਹਾਂ, ਜਿਹੜਾ ਕਿ ਚਾਹੇ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਹੋਣ ਜਾਂ ਹੋਰ ਸਿਆਸੀ ਧਿਰਾਂ ਜਿਹੜੀਆਂ ਅਕਾਲੀ ਦਲ ਆਪਣੇ ਆਪ ਨੂੰ ਕਹਿੰਦੇ ਹੋਵੇ, ਚਾਹੇ SGPC ਨੇ ਬਣਾਇਆ, ਜਿਹਨੇ ਵੀ ਬਣਵਾਇਆ, ਨਹੀਂ ਸੀ ਬਣਵਾਉਣਾ ਚਾਹੀਦਾ, ਇਹ ਸੱਚ ਉੱਦਾਂ ਹੀ ਸ਼ੀਸ਼ਾ ਆਲੇ ਦੁਆਲੇ ਲਾ ਦਿੰਦੇ, ਉੱਦਾਂ ਹੀ ਰੱਖਦੇ, ਉਹ ਬਹੁਤ ਵਧੀਆ ਚੀਜ਼ ਸੀ। ਦੇਖਣ ਵਾਲੇ ਨੂੰ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਤਾਂ ਭੁੱਲੀਆਂ ਹੀ ਬੈਠੀਆਂ ਨੇ ਕੀ ਹੋਇਆ ਕਿੱਦਾਂ ਹੋਇਆ, ਹੁਣ ਜਿੰਨਾ ਕੁ ਆਪਾਂ ਦੱਸ ਦਿੰਦੇ ਹਾਂ ਉਨਾ ਕੁ, ਬਾਕੀ ਕਿੱਥੇ ਕਿਹਨਾਂ ਨੇ ਯਾਦ ਰੱਖਣਾ, ਭੁੱਲੇ ਬੈਠੇ ਆ ਲੋਕ। ਇਹ ਚਾਹੀਦਾ ਸੀ ਇਹਨਾਂ ਨੇ, ਗੌਰਮੈਂਟ ਦਾ ਕੰਮ ਸੀ, ਪਰ ਸਾਡੀ ਤਾਂ ਗੌਰਮੈਂਟ ਹੀ ਉੱਦਾਂ ਦੀ ਸੀ, ਇਹਨਾਂ ਨੇ ਆਪ ਹੀ ਅਟੈਕ ਕਰਵਾਤਾ ਬਾਦਲ ਹੋਣਾ ਨੇ, ਦਰਬਾਰ ਸਾਹਿਬ 'ਤੇ ਹੀ ਕਰਵਾਤੇ, ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ ਕਿਸੇ ਦੇ ਸਿੱਖ ਧਰਮ 'ਤੇ ਜਾਂ ਸਿੱਖ ਧਰਮ 'ਤੇ ਕਿਸੇ ਵੀ ਧਰਮ 'ਤੇ ਕੋਈ ਗੌਰਮੈਂਟ ਅਟੈਕ ਕਰੇ ਨਹੀਂ ਕਰ ਸਕਦੀ, ਜਿੰਨੀ ਦੇਰ ਤੁਸੀਂ ਆਪ ਨਹੀਂ ਚਾਹੋਗੇ, ਸਾਡੇ ਆਪਣੇ ਸਿੱਖ ਨਹੀਂ ਚਾਹਣਗੇ, ਉਹਨੀ ਦੇਰ ਨਹੀਂ ਹੋ ਸਕਦਾ, ਕਰਵਾਇਆ ਹੀ ਗਿਆ ਹੈ ਅਟੈਕ। ਹੋਰ ਦੱਸੋ। ਅਤੇ ਚਲੋ, ਤੁਸੀਂ ਸਾਨੂੰ ਬਹੁਤ ਅਹਿਮ ਆਪਣਾ ਸਮਾਂ ਦਿੱਤਾ ਅਤੇ ਗੱਲਾਂ ਦੱਸੀਆਂ ਨੇ। ਹੁਣ ਜਿਹੜੀ ਆ ਕਿ ਸ਼ਹੀਦ ਭਾਈ ਚਰਨਜੀਤ ਸਿੰਘ, ਹਾਂਜੀ, ਉਹਨਾਂ ਦੀ 2 ਤਰੀਕ ਨੂੰ ਅਸੀਂ ਬਰਸੀ ਮਨਾਉਂਦੇ, ਪਹਿਲਾਂ ਤਾਂ ਮੈਂ ਆਪ ਹੀ ਪਾਠ ਕਰ ਲੈਂਦੀ ਸੀ ਔਰ ਭੋਗ ਪਾ ਦਿੰਦੇ ਸੀ ਗੁਰਦੁਆਰਾ ਸਾਹਿਬ, ਇੱਕ ਵਾਰ ਪਿੰਡ ਵੀ ਪਾਇਆ ਸੀ, ਪਰ ਹੁਣ ਕਰੋਨਾ ਕਰਕੇ ਆਹ ਜੋ ਹਾਲਾਤ ਨੇ, ਫਿਰ ਐਤਕੀ ਇੱਥੇ ਅਸੀਂ ਗੁਰਆਸਰਾ ਟਰੱਸਟ ਥੋੜ੍ਹਾ ਬਹੁਤ, ਹਾਂਜੀ 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 ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ। ਅੱਗੇ ਵੀ ਅਸੀਂ ਤੁਹਾਡੇ ਤੋਂ ਹੋ ਸਕਿਆ ਤਾਂ ਸਮਾਂ ਮੰਗਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।